ਇਹ ਮੌਸਮ ਦਾ ਕੁਝ ਨਹੀਂ ਪਤਾ ਲੱਗਦਾ ਦੇਖ ਲੋ ਹੁਣੀ ਸਾਰਾ ਸਾਫ ਸੀਗਾ ਐਨ ਧੁੰਦੀ ਧੁੰਦ ਹੋ ਗਈ ਸਾਰੇ ਪਾਸੇ चिट्टे चिट्टे जे निके निके जे ओले पै रहे ने हुण इह हैगी आ फुल्लां दी घाटी इह जिहड़ा राह लो जी आपां पहुंच गए जी हेमकुंट साहिब अरदास हो गई आ ते आपां नूं टाइम वज गया 10 ਵਾਹਿਗੁਰੂ ਆ ਜਿਹੜਾ ਰਾਹ ਆ ਪੌੜੀਆਂ ਵਾਲਾ ਰਾਹ ਆ ਇੱਥੋਂ ਸਾਰੇ ਆਉਂਦੇ ਨੇ ਪੌੜੀਆਂ ਤੋਂ ਪਰ ਇੱਥੇ ਬਹੁਤ ਡਿਫੀਕਲਟ ਆਉਰ ਆਉਂਦੀਆਂ ਨਾ ਵਾਹਿਗੁਰੂ 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 10 ਅਕਤੂਬਰ ਨੂੰ ਕਪਾਟ ਬੰਦ ਹੋ ਜਾਣੇ ਨੇ ਬਾਬਾ ਜੀ ਲੋਸਮੈਂਟ ਕਰਕੇ ਕਹਿ ਰਹੇ ਨੇ ਜਦੋਂ ਮੈਂ 2019 ਚ ਆਇਆ ਸੀਗਾ ਉਦੋਂ ਨਿਸ਼ਾਨ ਸਾਹਿਬ ਦੇ ਬਰਾਬਰ ਖੜਾ ਸੀ ਮੈਂ ਕਿਉਂਕਿ ਇੰਨੀ ਜ਼ਿਆਦਾ ਉੱਪਰ ਬਰਫ ਸੀਗੀ ਤੇ ਹੇਮਕੁੰਟ ਸਾਹਿਬ ਪੂਰਾ ਟਕਿਆ ਹੋਇਆ ਸੀ ਪੂਰਾ ਬਹੁਤ ਜ਼ਿਆਦਾ ਉਦੋਂ ਇੰਨੀ ਜ਼ਿਆਦਾ ਉਚਾਈ ਤੇ ਸੀਗਾ ਮੈਂ ਇੰਨੀ ਜ਼ਿਆਦਾ ਵਾਹਿਗੁਰੂ ਵਾਹਿਗੁਰੂ ਤੇ ਲਾਈਵ ਵੀ ਆਉਂਦਾ PTC ਨਿਊਜ਼ ਤੇ ਵਾਹਿਗੁਰੂ ਜੋੜਾ ਘਰ ਆ ਆਪਾਂ ਜੋੜੇ ਜਮ੍ਹਾਂ ਕਰਵਾ ਲਈਏ ਹਾਂਜੀ ਉਦੋਂ ਆ ਵੀ ਸਾਰਾ ਸ਼ੈਡ ਸ਼ੁੱਡ ਢੱਕਿਆ ਹੋਇਆ ਸੀ ਪੂਰਾ ਤੈਨ ਪੂਰਾ ਸਾਫ਼ ਆ ਜਲ ਸਰੋਵਰ ਪੂਰਾ ਸਾਫ਼ ਇਸ਼ਨਾਨ ਕਰ ਲਈਏ ਪਹਿਲਾਂ ਫਿਰ ਆਪਾਂ ਤੁਹਾਨੂੰ ਪੂਰੇ ਦਰਸ਼ਨ ਦੀ ਦਾਰੇ ਕਰਵਾਉਂਦੇ ਇੱਧਰ ਇੱਧਰ ਅਠਾਰਾਂ ਹਜ਼ਾਰ ਦੀ ਫੋਟੇ ਦੀ ਉਚਾਈ ਤੇ ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਹੇਮਕੁੰਟ ਪਰਬਤ ਹੈ ਜਹਾਂ ਸਪਤ ਸ੍ਰਿੰਗ ਸੁਸ਼ੋਭਿਤ ਹੈ ਤਹਾਂ ਦੇਖੋ ਜੀ ਇਹਦਾ ਹੁਣ ਪੂਰਾ ਸਰੋਵਰ ਐਨ ਸਾਫ਼ ਦਿਖਦਾ ਵਾ ਜੂਨ ਜੁਲਾਈ ਦੇ ਮਹੀਨੇ ਚ ਤਾਂ ਇੰਨੀ ਕੁ ਬਸ ਇੰਨੀ ਕੁ ਪੱਟ ਕੇ ਉਹ ਸਰੋਵਰ ਵਾਸਤੇ ਇਸ਼ਨਾਨ ਕਰਨ ਵਾਸਤੇ ਪਰ ਪੱਟੀ ਹੁੰਦੀ ਹੈ ਤੇ ਹੁਣ ਆਪਾਂ ਚਾਹ ਛਕੀਏ ਤੇ ਨਾਲ ਖਿਚੜੀ ਦਾ ਲੰਗਰ ਚੱਲਦਾ ਵਾ ਉਰੇ ਖਿਚੜੀ ਦਾ ਲੰਗਰ ਛਕ ਕੇ ਖਿਚੜੀ ਦਾ ਲੰਗਰ ਛਕ ਕੇ ਫਿਰ ਆਪਾਂ ਅੰਦਰ ਗੁਰਦੁਆਰਾ ਸਾਹਿਬ ਬਹਿੰਦੇ ਹਾਂ ਸੁਖਮਨੀ ਸਾਹਿਬ ਚੱਲ ਰਹੀ ਆ ਤੇ ਮੌਸਮ ਵੀ ਵੈਸੇ ਬਦਲਵਾਈ ਆ ਸਾਰਾ ਤੇ ਹਲਕੀ ਹਲਕੀ ਬਾਰਿਸ਼ ਵੀ ਹੋ ਰਹੀ ਆ ਵਾਹਿਗੁਰੂ ਇੱਥੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਸਮ ਗ੍ਰੰਥ ਚ ਦੱਸਿਆ ਸੀ ਕਿ ਇੱਥੇ ਉਹਨਾਂ ਨੇ ਭਗਤੀ ਕੀਤੀ ਸੀ 18 ਹਜ਼ਾਰ ਫੁੱਟ ਦੀ ਉਚਾਈ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲੰਗਰ ਛਕਦੇ ਆਪਾਂ ਸੰਗਤਾਂ ਸਾਰੀਆਂ ਆਈਆਂ ਹੋਈਆਂ ਨੇ ਉਧਰ ਸਾਰੇ ਲੰਗਰ ਬਣ ਰਿਹਾ ਤਿਆਰ ਹੋ ਰਿਹਾ ਪੂਰਾ ਲੰਗਰ ਤਿਆਰ ਹੋ ਰਿਹਾ ਸੰਗਤਾਂ ਆਈ ਜਾ ਰਹੀਆਂ ਇਸ਼ਨਾਨ ਕਰਕੇ ਲੰਗਰ ਛਕੀ ਜਾ ਰਹੀਆਂ ਨੇ ਵਾਹਿਗੁਰੂ ਹੁਣ ਆਪਾਂ ਵੀ ਲੰਗਰ ਛਕਦੇ ਹਾਂ ਫਿਰ ਅੰਦਰ ਦਰਬਾਰ ਸਾਹਿਬ ਚੱਲਦੇ ਹਾਂ ਜੀ ਆਪਾਂ ਲਓ ਜੀ ਖਿਚੜੀ ਦਾ ਲੰਗਰ ਚੱਲਦਾ ਤੇ ਚਾਹ ਦਾ ਲੰਗਰ 24 ਘੰਟੇ ਤਿਆਰ ਆ ਤੇ ਆਪਾਂ ਖਿਚੜੀ ਵੈਸੇ ਹਲਕੀ ਰਹਿੰਦੀ ਆ ਕਿਉਂਕਿ ਥੱਲੇ ਫਿਰ ਚੜ੍ਹਾਈ ਵੀ ਉਤਰਨੀ ਆ ਸਾਰੀ ਤੇ ਠੰਡ ਬਹੁਤ ਜ਼ਿਆਦਾ ਹੋਈ ਪਈ ਆ ਉਰੇ ਤੇ ਮੌਸਮ ਦਾ ਕੁਝ ਨਹੀਂ ਪਤਾ ਲੱਗਦਾ ਦੇਖ ਲਓ ਹੁਣੀ ਸਾਰਾ ਸਾਫ਼ ਸੀਗਾ ਐਨ ਧੁੰਦੀ ਧੁੰਦ ਹੋ ਗਈ ਸਾਰੇ ਪਾਸੇ ਤੇ ਬਾਕੀ 5 ਪਹਾੜੀਆਂ ਚ ਵਸਿਆ ਵਾ ਤੇ 5 ਪਹਾੜੀਆਂ ਨਿਸ਼ਾਨ ਸਾਹਿਬ ਲੱਗੇ ਹੋਏ ਨੇ ਬਟ ਧੁੰਦ ਕਰਕੇ ਨਜ਼ਰ ਨਹੀਂ ਆ ਰਹੇ ਹੈਗੇ ਉਹ ਉੱਪਰ ਜਿਹੜੀਆਂ 5 ਪਹਾੜੀਆਂ ਨੇ ਉਹਨਾਂ ਉੱਤੇ ਲੱਗਿਆ ਹੋਇਆ ਪਰ ਧੁੰਦ ਕਰਕੇ ਨਜ਼ਰ ਨਹੀਂ ਆ ਰਿਹਾ ਤੇ ਹੁਣ ਆਪਾਂ ਅੰਦਰ ਚੱਲਿਆ ਦਰਬਾਰ ਸਾਹਿਬ ਤੇ ਦਰਬਾਰ ਸਾਹਿਬ ਜਾ ਕੇ ਆਪਾਂ ਮੱਥਾ ਟੇਕਦੇ ਹਾਂ ਇੱਥੋਂ ਬਾਹਰ ਆਉਣ ਦੀ ਐਂਟਰੀ ਆ ਅੰਦਰ ਨੂੰ ਚੱਲਦੇ ਆਪਾਂ ਵਾਹਿਗੁਰੂ
दरबार साहब जाके दर्शन करते हैं। जी सवा बारह बजे वाली अरदास हो गई है, आज भी लवा लिया। बारिश हो रही है। वाहेगुरु जी, आप हेमकुंड साहब तो चाले पाल लगे हैं ते हल्की हल्की बारिश हो रही है, पूरी धुंद पै रही है ते समाप्ति हो गई है। बस हुण लंगर अपना लंगर छकदे हां, चाह पानी चाह छके लंगर छके फिर आप तुरते इतों। मीह का कोई पता नहीं मीह कदों आ जाए, मीह वैसे पै ही रहा थोड़ा थोड़ा। बंदे अपने ढिले हो गए ने, डिस्पेंसरी भी हैगी है, जे किसी कोई प्रॉब्लम आती है तो डिस्पेंसरी तो दवाई दवी लै सकते हैं। वाहेगुरु जी, बहुत वधिया दर्शन होए जी, आपां नूं बहुत आनंद आया, बहुत आनंद आया। साढ़े 9:30 बजे आप पहुंच गए सी उपर, पूरी अरदास सुखमनी कीर्तन सरवण किया आप। साहब तो असीं तुर पे हां ते ओले पै रहे ने, ओले ये देखो ओले पै रहे ने, संगत सारी तुर पई आ। टाइम जिहड़ा 1:30 बज चुका वा, आ देखो जी ओले पै रहे, आ चिट्टे चिट्टे जे निके निके जे ओले पै रहे ने, आ देखो ओ देखो ओले पे जिम्मे जूरिया नहीं गिरता, जूरिया 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 होंगे ना जी। आ देखो ठंड बहुत हो गई, बरसातियां लै लिया आप, बस ये भी बचा करना अपना क्योंकि जो काम खराब हो गया फिर उतरना होर औखा हो जाना वा। हूँ आप धाम ही रुकांगे, जाके धाम जाके हूँ कमरा बुक करा के फिर आप उत्थे रात कट के फिर आप अगले दिन जावांगे गोविंद घाट में। वाहेगुरु वाहेगुरु जी। फाइनली असि गोविंद धाम बस पहुंचने वाले हैं, थोड़ी के दूरी रह गया। बारिश जिहड़ी लगातार होई जा रही है, बारिश दे विच उतरना बहुत औखा लगता है क्योंकि कितें चिक्कड़ आंदा वा फिर पैर पूर स्लिप हुंदा, इन्हें स्पीड घट बन जाती है। हुण इह हैगी आ फुल्लां दी घाटी, इह जिहड़ा राह जांदा इत्थों टिकट मिलदी आ आपां नूं, मैनूं लगदा बंद आ हजे। आ रही फुल्लां दी घाटी, बट साडी सलाह तां सीगी जाण दी, पर हुण जिहड़ी हालत है ना साडी बहुत ज़्यादा खराब आ। अभी थके पे हाँ पूरे, तो फुलां दी घाटी दा जाण दा प्लान कोई नहीं। वैसे मेजोरिटी उहदा जिहड़ा पीपल ने ना संगत आ जिहड़ी उह इत्थे जांदी नहीं, आंदी वारी हर कोई कहिंदा आपां जावांगे जावांगे, बट जाण चुके हिम्मत नहीं रहिंदी। आ देखो ते मौसम देखो, बदल पूरा बणिया ते आ देखो फुलां दी घाटी 4 किलोमीटर। ओ देखो गोविंद धाम आ गया, बस ते जिहड़ा टाइम होया वा 4:10 आप उपरों तुरे सी राइट 1 या 1:15 बजे नेड़े तेड़े, ते 1:15 दे नेड़े तेड़े आप तुरे सीगे ते बस आप स्टॉप नहीं दिता कि भी भज्जे ही आए हैं क्योंकि मीह पैंदा सीगा, बैठन नूं भी जगह नहीं सी, सारा गिला सी, भज्जदे ही आए आप कि स्टॉप नहीं दिता। हुण तुसीं ला लो वी 1 बजे तुरे आ ते इस टाइम 4 बज गए ने, 2-3 साढ़े 3 घंटे बंदा थले उतर सकदा वा जे बंदा नॉन स्टॉप जावे, जावे भी कदे विच स्पीड फड़ ली कदे हौली हो गए, तां 3.5 घंटे च आराम नाल बंदा उतर सकदा थले। इत्थे आ के बारिश थोड़ी जी घट गई आ, इत्थे मीह नहीं हैगा, उपर पूरा मीह पैंदा सीगा। देखो देखो
किन्नी सोहनी हरियाली लगती है जो एन मीह पै के साफ हो जाते पत्ते पुते कि सोहना लगता वा सारा। हाँ जी कल असि हेमकोट साहब थले आ गए गोविंद धाम नू जिहड़ा कि तुसीं व्लॉग च देखिया सी ते हुण असि गोविंद धाम तो तुर चुके हैं। टाइम जिहड़ा 6 बज गए ने। हैरी लिख दे चल यार तू लिखाणा हैरी जा हैरी छड्ड बाज वाले सच रहेगा ये इसमें पीतल की कटिंग होगा पीतल है नहीं कलर नहीं पाएंगे कलर नहीं आता तो गाने वाला ना होगा कलर नहीं जाना। एलो जी एलो जी देखो चक्को कटिंग करके पीतल को लिखा हुआ है। क्या बात है यार क्या कलाकारी है ना। 50 रुपए जितने मर्जी ना लिखा लो है जी हाँ। हां जी गाइस असि हुण गोविंद घाट नू आ गए सी थले ते गड्डियां तैयार असि गड्डियां च बैठे हुण आपां चाले पाण लग्गा गोविंद घाट तो ठीक है जी। हुण आपां जावांगे सीधा पौंटा साहिब ते पौंटा साहिब दा वी आपां ब्लॉग बनावांगे इस तों बाद आऊगा। ये तुसीं हुण दर्शन दीदारे कर लिया गोविंद घाट तो धाम तक फिर धाम तो हेमकुंट साहिब फिर आपां थले आ गए गोविंद घाट नू ते 12 बज चुके हुण आपां तुरन लगे आ। इत्थे आपां करदे आ ब्लॉग दा एंड। जे तुहानूं ब्लॉग वधिया लग्या प्लीज लाइक कर दिओ ते चैनल नूं सबसक्राइब जरूर कर दिओ। हुण अगला ब्लॉग जिहड़ा आऊगा पौंटा साहिब दा आऊगा ते उत्थे जाके आपां तुहानूं मिलदे आ। तब तक लई सारिआं नूं प्यार भरी सति श्री अकाल टेक केयर सारिआं नूं बाय बाय।